are watching Channel Y. Channel Y, a South Asian Canadian channel. इस वेले दी वड्डी खबर जिहड़ी आ रही है वो अमित शाह दे नाल रिलेटेड आ रही है। अमित शाह ने 7:30 बजे दे करीब जिहड़ा हैगा किसान जथेबंदियां नूं न्यौता दित्ता है उन्हां नाल मीटिंग करन दा। साडे नाल भारतीय किसान यूनियन उगराहा तो जोगिंदर सिंह जी नाल ने, उन्हां नाल गलबात करदे आ। जोगिंदर सिंह जी, फोन आया की आया, पूरी जिहड़ी डिटेल हैगी है साडे दर्शकां नूं दस्सो जी। जोगिंदर, जिस तरह मीडिया दे विच रिपोर्ट आई है कि 15 जथेबंदियां नूं जिहड़ा हैगा न्योता जिहड़ा उह दित्ता गया हैगा, तुहानूं लगदा है कि शायद इस वारी कुछ चुनिंदा जिहड़ियां भारतीय किसान जिहड़ियां हैगियां यूनियनस ने उहनां नूं बुलाया गया हैगा, तुहाडी बाकी जथेबंदियां नाल वी गलबात होई होणी? ਨਹੀਂ, ਅਸੀਂ ਵੀ ਕਨਫਰਮ ਨਹੀਂ ਕੀਤਾ। ਕੋਈ 13 ਕਹਿ ਦਿੰਦਾ, ਕੋਈ 11 ਕਹਿ ਦਿੰਦਾ, ਹੁਣ ਤੁਹਾਡੇ ਕੋਲ ਪਤਾ ਲੱਗਿਆ 15 ਨੇ। ਇਹ ਗੱਲ ਦਾ ਫਰਕ ਪਤਾ ਨਹੀਂ ਕਿੱਥੇ ਪਾਣਾ, ਕਿੱਥੇ ਆਪਾਂ ਪਤਾ ਕਰਨੇ, ਆਪਾਂ ਪੁੱਛ ਲੈਣਾ ਕਿਸੇ ਦੂਜੇ ਜਿੱਥੇ ਬੰਦੇ ਵਾਲਾ। ਜੇ ਤੁਹਾਨੂੰ ਬੁਲਾਇਆ ਜਾਂਦਾ ਤਾਂ ਕੀ ਤੁਸੀਂ ਅਮਿਤ ਸ਼ਾਹ ਜੀ ਨਾਲ ਅੱਜ ਮੁਲਾਕਾਤ ਕਰੋਗੇ, ਕਿਉਂਕਿ ਕੱਲ੍ਹ ਜਿਹੜੀ ਹੈਗੀ ਹੈ 9 ਤਰੀਕ ਹੈ ਅਤੇ ਕੱਲ੍ਹ ਵੀ ਕੱਲ੍ਹ ਨੂੰ ਲੈ ਕੇ ਵੀ ਤੁਹਾਡੀ ਜਿਹੜੀ ਮੀਟਿੰਗ ਤੈਅ ਕੀਤੀ ਹੋਈ ਸੀ? ਦੇਖੋ, ਅਸੀਂ ਦੂਜਿਆਂ ਜਿੱਥੇ ਬੰਦਿਆਂ ਨਾਲ ਰਹਿ ਕਰੇ ਤੋਂ ਬਗੈਰ ਨਹੀਂ ਕਰਦੇ ਜੀ। ਜੇ ਸਾਰਿਆਂ ਦੀ ਸਲਾਹ ਬਣੂਗੀ ਜਾਵਾਂਗੇ, ਫਿਰ ਜਾਣਾ ਹੈ ਤਾਂ ਉਹਨਾਂ ਦੀ ਰਾਏ ਬਣੂਗੀ ਤਾਂ ਜਾਵਾਂਗੇ। ਉਹਨਾਂ ਨੂੰ ਪੁੱਛਾਂਗੇ ਵੀ ਤੁਸੀਂ ਕਿਵੇਂ ਕਰਨਾ, ਜੇ ਉਹਨਾਂ ਦੀ ਸਲਾਹ ਬਣ ਗਈ ਉਹ ਕਹਿਣਗੇ ਵੀ ਚੱਲਣਾ ਆਪਾਂ, ਫਿਰ ਅਸੀਂ ਜਾਵਾਂਗੇ। ਇਕੱਲੇ ਜਾਈਏ ਤਾਂ ਅਸੀਂ 10-11 ਚ ਜਾਈਏ। ਬਿਲਕੁਲ ਜੋਗਿੰਦਰ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਹੈਗਾ ਕਿ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੀ ਜਾਂਦੇ ਆ, ਨਾ ਕਿ ਪਹਿਲਾਂ ਜਿਵੇਂ ਛੋਟੇ ਦਲ ਬਣਾਉਣ ਦੀ ਵੀ ਗੱਲ ਕਹੀ ਗਈ ਸੀ, ਕਮੇਟੀ ਬਣਾਉਣ ਦੀ ਗੱਲ ਕਹੀ ਗਈ ਸੀ। ਹੁਣ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਕਿ 11 ਤੋਂ 15 ਬੰਦੇ, ਜਿਵੇਂ ਤੁਹਾਨੂੰ ਵੀ ਸੁਣਨ 'ਚ ਆ ਰਿਹਾ ਕਿ ਜਥੇਬੰਦੀਆਂ ਨੂੰ ਬੁਲਾਇਆ ਗਿਆ ਹੈਗਾ, ਜੇਕਰ 11 ਤੋਂ 15 ਬੰਦੇ ਹੀ ਬੁਲਾਏ ਜਾਂਦੇ ਆ ਤਾਂ ਕੀ 11 ਤੋਂ 15 ਬੰਦੇ ਹੀ ਜਾਣਗੇ ਜਾਂ ਫਿਰ 40 ਦੀ 40 ਜਥੇਬੰਦੀਆਂ ਜਿਹੜੀਆਂ ਨੇ ਉਹ ਸਾਰੀਆਂ ਜਾਣਗੀਆਂ? ਬਿਲਕੁਲ ਜੀ, ਕਿਉਂਕਿ ਇੰਟਰਨੈਸ਼ਨਲ ਮੀਡੀਆ ਤੱਕ ਜਿਹੜੀਆਂ ਵੱਡੀਆਂ ਨਿਊਜ਼ ਪੇਪਰ ਨੇ ਉਹਨਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਹੈਗੀ ਆ ਰਹੀ ਹੈ ਕਿ 7:30 ਵਜੇ ਦੇ ਕਰੀਬ ਜਿਹੜਾ ਉਹ ਭਾਰਤੀ ਕਿਸਾਨ ਜਥੇਬੰਦੀਆਂ ਨੂੰ ਨਿਯੋਤਾ ਜਿਹੜਾ ਹੈਗਾ ਉਹ ਦਿੱਤਾ ਗਿਆ ਹੈਗਾ, ਅਤੇ 7:30 ਵਜੇ ਦੀ ਮੀਟਿੰਗ ਜਿਹੜੀ ਆ ਉਹ ਅਮਿਤ ਸ਼ਾਹ ਵੱਲੋਂ ਰੱਖੀ ਗਈ ਹੈਗੀ ਆ। ਦੇਖੋ, ਕਈ ਕਿਸਮ ਦੀਆਂ ਗੱਲਾਂ ਨੇ, ਹੁਣ ਦੇਖੋ ਟਾਈਮ ਦਾ ਹੀ ਫਰਕ ਪੈ ਗਿਆ। ਪਹਿਲਾਂ ਸਾਨੂੰ ਮੀਡੀਆ ਵਾਲੇ ਤੋਂ ਪਤਾ ਲੱਗਿਆ ਵੀ 7 ਵਜੇ ਮੀਟਿੰਗ ਹੈ, 11 ਜਥੇਬੰਦੀਆਂ ਦੀ ਮੀਟਿੰਗ ਹੈ। ਫਿਰ ਦੂਜਾ ਆਇਆ, ਉਹਨੇ ਕਹਿੰਦਾ ਵੀ ਹੁਣ ਵੀ 11 ਜਥੇਬੰਦੀਆਂ ਦੀ ਮੀਟਿੰਗ ਹੈ ਤੇ ਉਹ ਹੈ 7 ਵਜੇ, ਤੁਹਾਡੇ ਵੱਲੋਂ ਆਇਆ 15 ਜਥੇਬੰਦੀਆਂ ਦੀ ਮੀਟਿੰਗ ਹੈ 7:30 ਵਜੇ। ਇਸ ਕਰਕੇ ਚੱਕਰ ਦਾ ਕਾਫੀ ਵੱਡਾ ਪਿਆ ਵਾ ਵੀ ਮੀਡੀਆ ਰਾਹੀਂ ਆਇਆ ਜਾਂ ਕੋਈ ਲਿਖਤੀ ਚਿੱਠੀ ਕਿਸੇ ਨੂੰ ਆਈ ਹੈ ਜਾਂ ਕੀ ਹੈ, ਕਿਹੋ ਜਿਹਾ ਕਿੱਧਰ ਦੀ ਆਇਆ ਇਨਵੀਟੇਸ਼ਨ ਕਾਰਡ, ਕਿੱਧਰ ਨੂੰ ਸੱਦਾ ਆਇਆ, ਕੋਈ ਜਮਾਨੀ ਹੈ ਕਿ ਲਿਖਤੀ ਹੈ ਜਾਂ ਕੋਈ ਵਿੱਚ ਵਿਚਾਰੇ ਕਿਸੇ ਬੰਦੇ ਨੂੰ ਫੋਨ ਕਰਵਾ ਕੇ ਕੀਤਾ, ਅਜੇ ਸਾਨੂੰ ਕਨਫਰਮ ਨਹੀਂ, ਅਸੀਂ ਕਨਫਰਮ ਕਰਦੇ ਹਾਂ। ਜੋਗਿੰਦਰ ਜੀ, ਮੇਰਾ ਆਖਰੀ ਸਵਾਲ ਹੈ, ਜੇਕਰ ਤੁਸੀਂ ਅੱਜ ਜਾਂਦੇ ਹੋ ਤੇ ਉੱਥੇ ਜਾ ਕੇ ਜੇਕਰ ਉਹ ਤਿੰਨ ਕਾਨੂੰਨ ਜਿਹੜੇ ਹੈਗੇ ਆ ਕਿਸਾਨੀ ਕਾਨੂੰਨ ਵਾਪਸ ਨਹੀਂ ਲੈਂਦੇ, ਕੀ ਤੁਸੀਂ ਜਿਹੜਾ ਹੈਗਾ ਕਿਸੇ ਪ੍ਰਕਾਰ ਦਾ ਸਮਝੌਤਾ ਕਰੋਗੇ, ਅਮੈਂਡਮੈਂਟ ਨੂੰ ਮੰਨੋਗੇ? ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ ਅਮੈਂਡਮੈਂਟ ਮੰਨਣ ਦਾ, ਅਮੈਂਡਮੈਂਟ ਤੇ ਕੋਈ ਸਮਝੌਤਾ ਜੀ, ਬਿੱਲ ਰੱਦ ਕਰੋ, ਰੱਦ ਕਰਨ ਤੇ ਫੈਸਲਾ ਹੋਇਆ, ਗੱਲ ਜਿਹੜੀ 5 ਤਰੀਕ ਨੂੰ ਗੱਲ ਟੁੱਟੀ ਹੈ, ਕੋਈ ਅਮੈਂਡਮੈਂਟ ਤੇ ਤਾਂ ਗੱਲ ਹੀ ਨਹੀਂ ਹੋ ਰਹੀ। ਉਹਦੇ ਜੈਸ ਜਾਂ ਨੋ ਵਗਾਦੇ ਵਾਸਤੇ ਲਾਇਆ ਸੀ, ਜਾਂ ਬਿੱਲ ਰੱਦ ਕਰੋ ਜਾਂ ਜਵਾਬ ਦਿਓ, ਜੈਸ ਜਾਂ ਨੋ ਦਾ ਸਵਾਲ ਹੀ ਹੈ, ਉੱਤੇ ਖੜਿਆ ਸੀ, ਉਹੀ ਸਾਡੀ ਪੁਰਾਣੀ ਪੋਜੀਸ਼ਨ ਹੈ। ਬਹੁਤ ਬਹੁਤ ਧੰਨਵਾਦ ਜੀ ਜੋਗਿੰਦਰ ਜੀ, ਚੈਨਲ Y ਦੇ ਨਾਲ ਜੁੜਨ ਦੇ ਲਈ। ਬਿਲਕੁਲ ਜੀ, ਜਿਵੇਂ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਪ੍ਰਧਾਨ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਸਨ, ਕਿਉਂਕਿ ਮਾਲਵੇ ਦੀ ਸਭ ਤੋਂ ਵੱਡੀ ਜਿਹੜੀ ਇਕਾਈ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਦੀ ਉਗਰਾਹਾ ਦੀ, ਜਿਸਦੇ ਪ੍ਰਧਾਨ ਜੋਗਿੰਦਰ ਸਿੰਘ ਸਾਡੇ ਨਾਲ ਸਨ, ਕਿਉਂਕਿ ਪਿਛਲੇ ਦਿਨ ਵੀ ਵੇਖਿਆ ਜਦੋਂ ਅਮਿਤ ਸ਼ਾਹ ਉਹਨਾਂ ਨੇ ਫੋਨ ਕੀਤਾ ਸੀ ਤਾਂ ਜੋਗਿੰਦਰ ਸਿੰਘ ਉਹਨਾਂ ਨੂੰ ਹੀ ਫੋਨ ਕਰਕੇ ਜਿਹੜਾ ਹੈਗਾ ਗੱਲਬਾਤ ਕਰਨ ਦੇ ਲਈ ਜਿਹੜਾ ਸੱਦਾ ਜਿਹੜਾ ਦਿੱਤਾ ਗਿਆ ਸੀ ਜਦੋਂ ਦਿੱਲੀ ਵਿਖੇ ਜਦੋਂ ਕਿਸਾਨ ਯੂਨੀਅਨ ਦੇ ਜਿਹੜੇ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਗਿਆ ਹੈਗਾ ਸੀ। ਪਰ ਹੁਣ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਹੈ ਕਿ ਜੋਗਿੰਦਰ ਸਿੰਘ ਉਹਨਾਂ ਅਨੁਸਾਰ ਅਜੇ ਤੱਕ ਜਿਹੜੇ ਉਹਨਾਂ ਦੇ ਸੰਪਰਕ ਦੇ ਵਿੱਚ ਕੁਝ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਫੋਨ ਜਾਂ ਕੋਈ ਨਿਊ
ਸਮਝੌਤਾ ਜਿਹੜਾ ਹੈਗਾ ਅਮਿਤ ਸ਼ਾਹ ਵੱਲੋਂ ਉਹ ਨਹੀਂ ਮਿਲਿਆ ਗਿਆ ਹੈਗਾ। ਪਰ ਭਾਰਤੀ ਮੀਡੀਆ ਦੀ ਗੱਲ ਕਰੀਏ ਤਾਂ ਭਾਰਤੀ ਮੀਡੀਆ ਦੇ ਅਨੁਸਾਰ 15 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਅੱਜ ਸ਼ਾਮ 7:30 ਵਜੇ ਜਿਹੜਾ ਹੈਗਾ ਅਮਿਤ ਸ਼ਾਹ ਮੀਟਿੰਗ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਅਤੇ ਕਿਸਾਨੀ ਕਾਨੂੰਨ ਨੂੰ ਲੈ ਕੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਉਹ ਕੀਤੀ ਜਾਣੀ ਹੈਗੀ। ਚੈਨਲ ਵਾਈ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਹੋ ਸਕਦਾ ਸੀ, ਪਰ ਜਿਵੇਂ ਕਿ ਜੋਗਿੰਦਰ ਸਿੰਘ ਉਹਨਾਂ ਨੇ ਦੱਸ ਦਿੱਤਾ ਹੈ ਕਿ ਅਜੇ ਤੱਕ ਮੀਟਿੰਗ ਦੇ ਬਾਰੇ ਕੋਈ ਵੀ ਫੋਨ ਉਹਨਾਂ ਤੱਕ ਨਹੀਂ ਆਇਆ। ਇਸ ਖਬਰ ਤੇ ਹੋਰ ਅਪਡੇਟ ਦੇ ਲਈ ਅਸੀਂ ਤੁਹਾਨੂੰ ਲਗਾਤਾਰ ਜਾਣਕਾਰੀ ਦਿੰਦੇ ਰਵਾਂਗੇ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।